ਹੈਲੋ ਜੀ, ਭਾਈ ਖਾਲਸਾ ਵਰਜੀ ਕੀ ਫਤਿਹ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਦਾਸ ਕਾ ਬੋਲ ਰਿਹਾ ਜੀ ਤੋਂ। ਹਾਂਜੀ, ਕਿੱਥੋਂ ਜੀ? ਤੁਸੀਂ ਕੋਈ YouTube ਤੇ ਮੇਰਾ ਬੋਲਿਆ ਹੋਇਆ ਕੁਝ ਪੜ੍ਹਿਆ ਸੀ, ਉਹਦੀ ਟਿੱਪਣੀ ਅੱਜ ਮੇਰੇ ਕੋਲੇ ਆਈ ਸੀ। ਹਾਂਜੀ 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 ਆਪਣੇ ਕੌਣ ਬੋਲਦੇ ਪਏ ਹੋ? ਦਾਸ ਇੰਦਰ ਸਿੰਘ ਘੱਗਾ ਬੋਲ ਰਿਹਾ ਜੀ। ਅੱਛਾ, ਇੰਦਰਜੀਤ ਸਿੰਘ ਘੱਗਾ ਜੀ। ਹਾਂਜੀ, ਇੰਦਰ ਸਿੰਘ ਘੱਗਾ। ਜੀਤ ਨਹੀਂ ਹੈ, ਸਿੰਘ ਹੈ, ਇੰਦਰ ਸਿੰਘ। ਹਾਂਜੀ ਹਾਂਜੀ ਇੰਦਰ ਸਿੰਘ ਘੱਗਾ ਜੀ। ਹਾਂਜੀ ਹਾਂਜੀ, ਉਹ ਬੇਨਤੀ ਹੈ ਕਿ ਮੈਂ ਤਾਂ ਸਵਾਲ ਉਠਾਉਣਾ ਹੁੰਦਾ ਕਿ ਹਾਂਜੀ ਪਰਮਾਤਮਾ ਸੱਚਮੁੱਚ ਜਿਵੇਂ ਹੈ ਤਾਂ ਦੁਨੀਆਂ ਤੇ ਜ਼ੁਲਮ, ਬਿਮਾਰੀਆਂ ਤੇ ਮੁਸੀਬਤਾਂ, ਸਿੱਖਾਂ ਤੇ, ਗੁਰੂ ਸਾਹਿਬਾਨ ਤੇ ਇੰਨੇ ਮੁਸੀਬਤਾਂ ਆਈਆਂ, ਇਹ ਕਿਉਂ ਆਈਆਂ ਫਿਰ? ਹਾਂਜੀ ਹਾਂਜੀ, ਬੋਲੋਗੇ, ਕੁਛ ਦੱਸੋਗੇ? ਇੱਕ ਮਿੰਟ ਵੀਰ ਜੀ, ਇੱਕ ਮਿੰਟ ਰੁਕਿਆ, ਇੱਕ ਮਿੰਟ ਰੁਕਿਆ, ਮੈਂ ਥੋੜਾ ਜਿਹਾ ਨਾ ਹਾਂਜੀ ਹਾਂਜੀ ਹੁਣ ਦੱਸਿਓ ਜੀ ਮੈਨੂੰ ਮਾੜਾ ਜਿਹਾ। ਮੈਂ ਤਾਂ ਇਹ ਪੁੱਛ ਰਿਹਾ ਵੀ ਰੱਬ ਮਿਹਰਬਾਨ ਹੈ, ਰੱਬ ਸਾਰਾ ਕੁਛ ਕਰਦਾ ਹੈ, ਰੱਬ ਬੈਠਾ ਦੇਖਦਾ ਹੈ, ਸਾਰੀਆਂ ਗੱਲਾਂ ਆਪਾਂ ਰੋਜ਼ਾਨਾ ਸਟੇਜਾਂ ਤੇ ਸੁਣਦੇ ਹਾਂ, ਸਟੇਜਾਂ ਤੇ ਤੇ ਸੁਣਦੇ ਹਾਂ। ਜਿਹੜੇ ਪੰਜਵੇਂ ਪਾਤਸ਼ਾਹ ਤੇ, ਨੌਵੇਂ ਪਾਤਸ਼ਾਹ ਤੇ, ਦਸਵੇਂ ਪਾਤਸ਼ਾਹ ਸਾਹਿਬਜ਼ਾਦੇ, ਮਾਤਾ ਗੁਜਰੀ ਹਾਂਜੀ ਤੇ ਹਜ਼ਾਰਾਂ ਸਿੱਖ ਹਾਂਜੀ ਅਤੇ ਹੋਰ ਅਨੇਕਾਂ ਮੁਸੀਬਤਾਂ, 30-30 ਹਜ਼ਾਰ ਸਿੱਖਾਂ ਨੂੰ ਇੱਕ ਦਿਨ ਚ ਕਤਲ ਕੀਤਾ ਗਿਆ, ਸ਼ਹੀਦ ਹੋਏ ਨੇ, ਚੀਜ਼ ਤੇ ਹੋਏ ਉਹ ਨੇ। ਗੁਰੂ ਨੇ ਰੱਬ ਨੇ ਕਰਵਾਇਆ ਕਿ ਨੇ ਕਰਵਾਇਆ? ਦੇਖੋ ਜੀ, ਗੱਲ ਤਾਂ ਹੁਣ ਹੈਗੀ ਤਾਂ ਹੁਣ ਸਾਰੀ ਸ੍ਰਿਸ਼ਟੀ ਹੈ ਜਿਹੜੀ ਪਰਮਾਤਮਾ ਦੀ ਵੀ ਹੈ, ਸਾਰੀ ਉਹਨਾਂ ਦਾ ਕਰਤਾ ਧਰਤਾ ਆਪ ਹੀ ਹੈ, ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਜੀ। ਨਹੀਂ, ਇਹਨੂੰ ਨਾ ਸਿੱਧੇ ਤਰੀਕੇ ਗੱਲ ਕਰੋ, ਇਹ ਤਾਂ ਬਹੁਤ ਲੰਬਾ ਚੌੜਾ ਹੋ ਜਾਊਗਾ, ਫਿਰ ਤਾਂ ਸ੍ਰਿਸ਼ਟੀ ਦੀਆਂ ਗੱਲਾਂ ਨਾ ਛੇੜੋ, ਵੀ ਜਿਹੜੇ ਮੈਂ ਸਵਾਲ ਕਰੇ ਨੇ ਉਧਰਲੇ ਪਾਸੇ ਆਓ। ਨਹੀਂ ਜੀ, ਸਵਾਲ ਤਾਂ ਹੁਣ ਦੇਖੋ ਇਤਿਹਾਸ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਹੁਣ ਮੌਕੇ ਦੀ ਗੱਲ ਕਰੀਏ, ਮੌਕੇ ਦੇ ਉੱਤੇ ਕਿਉਂਕਿ ਉਹ ਹੈਗੀਆਂ ਇਤਿਹਾਸ, ਇਤਿਹਾਸ ਦੇ ਵਿੱਚ ਜੋ ਰਜਾ ਸੀ ਪਰਮਾਤਮਾ ਦੀ ਉਦੋਂ ਗੁਰੂ ਸਾਹਿਬਾਨ ਹੋਏ। ਬਸ ਇੱਥੇ ਰੁਕ ਜਾਓ, ਫਿਰ ਇਹਦਾ ਮਤਲਬ ਹੈ ਗੁਰੂ ਅਰਜਨ ਸਾਹਿਬ ਨੂੰ ਜਹਾਂਗੀਰ ਨੇ ਕਤਲ ਨਹੀਂ ਕੀਤਾ, ਸ਼ਹੀਦ ਨਹੀਂ ਕੀਤਾ, ਰੱਬ ਦੀ ਰਜਾ ਸੀ, ਰੱਬ ਨੇ ਕਤਲ ਕੀਤਾ, ਆਪਾਂ ਰੱਬ ਨੂੰ ਦੋਸ਼ ਦਈਏ ਨਾ ਫਿਰ? ਜੇ ਹੁਣ ਦੇਖੋ ਗੱਲ ਤਾਂ ਹੁਕਮ ਤਾਂ ਪਰਮਾਤਮਾ ਦਾ ਹੀ ਚੱਲਦਾ ਜੀ ਸਾਰੇ ਕਿਤੇ। ਨਹੀਂ ਫਿਰ ਇਹੀ ਇਹੀ ਤਾਂ ਮੈਂ ਗੱਲ ਕਰ, ਆਪਾਂ ਪਿੱਟਦੇ ਕਿਉਂ ਆ ਫਿਰ? ਔਰੰਗ ਜਹਾਂਗੀਰ ਹੈ, ਪਾਪੀ ਸੀ, ਜ਼ਾਲਮ ਸੀ ਤੇ ਉਹ ਹੈ, ਫਿਰ ਰੱਬ ਨੂੰ ਗਾਲਾਂ ਕੱਢੋ ਜਿਹੜੀਆਂ ਕੱਢਣੀਆਂ ਨੇ ਕਿਸੇ ਨੇ, ਨਹੀਂ ਨਹੀਂ ਰੱਬ ਨੂੰ ਕਾਹਨੂੰ ਕੱਢਣੀ ਹੈ ਜੀ ਆਪਾਂ। ਤੇ ਫਿਰ ਗੁਰੂ ਅਰਜਨ ਸਾਹਿਬ ਵਰਗੇ ਪਰਉਪਕਾਰੀ ਮਹਾਂਪੁਰਖ ਨੂੰ ਕੇਵਲ 42 ਸਾਲ ਦੀ ਉਮਰ ਚੱਕ ਲਿਆ ਤੇ ਸਾਨੂੰ ਕਦੇ ਸੋਚਣਾ ਚਾਹੀਦਾ ਵੀ ਰੱਬ ਤਾਂ ਭੈੜਾ ਬਹੁਤ ਜ਼ਿਆਦਾ ਇਹ ਜਿਹਾ, ਰੱਬ ਨੂੰ ਅਸੀਂ ਕੀ ਕਰਨਾ ਹੈ? ਦੇਖੋ ਜੀ, ਉਹ ਸਮੇਂ ਦੇ ਮੁਤਾਬਿਕ ਮੈਂ ਤੁਹਾਨੂੰ ਇੱਕ ਯਾਨੀ ਸਾਫ਼ ਜੀ ਜਿਹੜੀ ਹੁਣ ਦੀ ਗੱਲ ਮੈਂ ਤੁਹਾਨੂੰ ਕਰਦਾ ਜੀ। ਪਹਿਲਾਂ ਨਾ ਜਿਹੜੀ ਆਹ ਗੱਲ ਮੈਂ ਸਵਾਲ ਕਰ ਰਿਹਾ ਇਹਦਾ ਜਵਾਬ ਦਿਆ ਕਰੋ, ਹੋਰ ਪਾਸੇ ਨਾ ਲਿਜਾਓ, ਅੱਛਾ ਜੀ ਹਾਂਜੀ, ਇਹਦਾ ਜਵਾਬ ਦਿਓ ਕਿ ਗੁਰੂ ਅਰਜਨ ਸਾਹਿਬ ਵਰਗੇ ਪਰਉਪਕਾਰੀ ਨੂੰ ਰੱਬ ਨੇ ਧਰਤੀ ਦੇ ਉੱਤੇ ਤਸੀਹੇ ਦੇ ਦੇ ਕੇ ਕਿਉਂ ਚੁੱਕਿਆ? ਦੇਖੋ ਜੀ, ਹੁਣ ਇਤਿਹਾਸ ਦੇ ਮੁਤਾਬਿਕ ਹੈ, ਇਹ ਇਤਿਹਾਸ ਲਿਖਿਆ ਹੋਇਆ ਸੰਤੋਖ ਸਿੰਘ ਜੀ ਦਾ, ਉਹਨਾਂ ਦਾ ਜੀ। ਮੈਂ ਪਿਆਰੇ ਜੀ ਉਹ ਜਿਹੜਾ ਸਵਾਲ ਕੀਤਾ ਉਹਦਾ ਜਵਾਬ ਦੇਈਦਾ ਹੁੰਦਾ, ਹੋਰ ਪਾਸੇ ਕਿਉਂ ਭੱਜਦੇ ਹੋ? ਭਲਾ ਮੈਂ ਸਵਾਲ ਜਿਹੜਾ ਕਿਹਾ ਤਾਂ ਜਵਾਬ ਨਹੀਂ ਦੇ ਰਹੇ ਤੁਸੀਂ? ਦੇਖੋ ਜੀ, ਹੁਣ ਸਵਾਲ ਦੇ ਜਵਾਬ ਤੇ ਹੁਣ ਤੁਸੀਂ ਇਸ ਤਰ੍ਹਾਂ ਮੈਨੂੰ ਫੋਰਸ ਤਾਂ ਨਹੀਂ ਕਰ ਸਕਦੇ, ਮੈਂ ਆਪਣੇ ਵੱਲੋਂ ਜੋ ਤੁਹਾਨੂੰ ਗੱਲ ਦੱਸਣੀ ਸੀ ਦੱਸਤੀ ਕਿ ਅਸੀਂ ਵੀ ਸੰਤਾਂ ਦੇ ਸੇਵਕ ਹਾਂ। ਤੁਸੀਂ ਕਿਹੜੇ ਕਿਹੜੇ ਸੰਤਾਂ ਦੇ ਸੇਵਕ ਹੋ? ਅਸੀਂ ਸੰਤਾਂ ਦੇ ਸੇਵਕ ਹਾਂ, ਸੰਤ ਮਨਜਿੰਦਰ ਸਿੰਘ ਬੇਗਮਪੁਰੇ ਵਾਲਿਆਂ ਦੇ ਸੇਵਕ ਹੈ ਜੀ ਅਸੀਂ। ਪਿਆਰੇ ਜੀ ਉਹ ਫਿਰ ਸੰਤ ਪੁਣੇ ਨੂੰ ਆਪਣੇ ਕੋਲੇ ਰੱਖੋ ਤੇ ਫਿਰ ਮੈਨੂੰ ਪੋਸਟਾਂ ਨਾ ਪਾਇਆ ਕਰੋ ਜੀ। ਦੇਖੋ ਪੋਸਟਾਂ ਨਹੀਂ, ਕਿਉਂਕਿ ਤੁਸੀਂ ਕਹਿੰਦੇ ਹੋ ਵੀ ਕੋਈ ਬ੍ਰਹਮ ਗਿਆਨੀ ਹੈ ਨਹੀਂ ਗਾ, ਕੋਈ ਇਸ ਤਰ੍ਹਾਂ ਮੈਂ ਤੁਹਾਨੂੰ ਗੁਰਬਾਣੀ ਚੋਂ ਹੀ ਪੰਕਤੀ ਪੜ੍ਹ ਕੇ ਸੁਣਾ ਦੇਣਾ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਪਰਮੇਸ਼ਰ ਹੀ ਬ੍ਰਹਮ ਗਿਆਨੀ ਹੈ, ਹੋਰ ਕੋਈ ਨਹੀਂ ਹੈ। ਉਹ ਬ੍ਰਹਮ ਗਿਆਨੀ ਨੂੰ ਕਿਹਾ ਹੋਇਆ ਜੀ ਕਿ ਬ੍ਰਹਮ ਗਿਆਨੀ ਪਰਮੇਸ਼ਰ ਦਾ ਰੂਪ ਹੈ। ਨਾ ਇਹ ਦੱਸੋ, ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ, ਇਹ ਹੈ ਕਿ ਨਹੀਂ ਲਿਖਿਆ ਹੋਇਆ? ਲਿਖਿਆ ਹੋਇਆ ਜੀ। ਉਹ ਕਿਹੜੇ ਬਾਰੇ? ਭਲਾ ਕੌਣ ਨਹੀਂ ਮਰਦਾ? ਰੱਬ ਨਹੀਂ ਮਰਦਾ, ਬੰਦਾ ਤਾਂ ਮਰਦਾ ਜਿਹੜਾ ਜਨਮਦਾ, ਜੋ ਉਪਜੋ ਸੋ ਬਿਨਸ ਹੈ। ਉਹ ਤਾਂ ਹੁਣ ਜਿਹਨੇ ਜੰਮਣਾ ਉਹਨੇ ਤਾਂ ਮਰਨਾ ਤਾਂ ਹੈਗਾ ਹੀ ਹੈ ਪਰ ਜੀ। ਬ੍ਰਹਮ ਗਿਆਨੀ ਮੈਨੂੰ ਦੱਸੋ ਵੀ ਬ੍ਰਹਮ ਗਿਆਨੀ ਸਦਾ ਵਾਸਤੇ ਕਿਹੜਾ ਜਿਉਂਦਾ? ਦੇਖੋ ਹੁਣ ਆਪਣੇ ਗੁਰੂ ਸਾਹਿਬਾਨ ਸੀਗੇ, ਉਹ ਵੀ ਪਰਮਾਤਮਾ ਦਾ ਰੂਪ ਸੀ। ਮੈਂ ਨਾ ਗੱਲ ਨੂੰ ਗਲਤ ਪਾਸੇ ਨਾ ਲਿਜਾਓ, ਮੈਂ ਤੁਹਾਨੂੰ ਬ੍ਰਹਮ ਗਿਆਨੀ ਦੀ ਗੱਲ ਕਰ ਰਿਹਾ, ਜਿਹੜਾ ਸਵਾਲ ਮੈਂ ਕਰਦਾ ਉਹਦਾ ਜਵਾਬ ਦਿਓ। ਚਲੋ ਠੀਕ ਹੈ, ਤੁਹਾਡੀ ਮੈਂ ਗੱਲਾਂ ਸਮਝ ਗਿਆ ਜੀ, ਵੀ ਮੈਂ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਕੋਲ ਕੁਐਸਚਨਸ ਬਹੁਤ ਨੇ, ਤੁਸੀਂ ਇੱਕ ਵਾਰੀ ਆਪਣੇ ਭਲੇ ਨਾਲ ਗੱਲ ਕਰਕੇ ਇੱਕ ਵਾਰੀ ਮੇਰੇ ਨਾਲ ਮੇਰੀ ਵੀ ਗੱਲ ਸੁਣੋ, ਵੀ ਤੁਸੀਂ ਸਵਾਲ ਤੇ ਸਵਾਲ ਨਾ ਕਰੋ, ਮੇਰੀ ਵੀ ਇੱਕ ਗੱਲ ਵਾਰੀ ਸੁਣ ਲਓ ਵੀ ਕੀ ਗੱਲ। ਤੁਸੀਂ ਮੇਰੀ ਗੱਲ ਜਿਹੜਾ ਮੈਂ ਸਵਾਲ ਕਰ ਰਿਹਾ ਉਹ ਤੇ ਆਉਂਦੇ ਨਹੀਂ, ਮੁੜ ਕੇ ਹੋਰ ਪਾਸੇ ਲਿਜਾ ਰਹੇ ਹੋ ਗੱਲ ਨੂੰ, ਮੈਂ ਇਹ ਕਹਿ ਰਿਹਾ ਹੋਰ ਪਾਸੇ ਨਾ ਲਿਜਾਓ, ਜਿਹੜਾ ਮੈਂ ਸਵਾਲ ਕਰ ਰਿਹਾ ਜਵਾਬ ਉਹ ਦਿਓ। ਹਾਂਜੀ ਹਾਂਜੀ ਦੱਸੋ ਜੀ। ਮੈਂ ਕਹਿ ਰਿਹਾ ਕੀ ਬ੍ਰਹਮ ਗਿਆਨੀ ਸਦਾ ਜਿਉਂਦਾ ਹੈ? ਕੋਈ ਇਹੋ ਜਿਹਾ ਹੈ ਬ੍ਰਹਮ ਗਿਆਨੀ ਜਿਹੜਾ ਸਦਾ ਜਿਉਂਦਾ ਰਹੇ? ਦੇਖੋ ਜੀ, ਹੁਣ ਬ੍ਰਹਮ ਗਿਆਨੀ ਤੁਸੀਂ ਸੁਖਮਨੀ ਸਾਹਿਬ ਨੂੰ ਤੁਸੀਂ ਜਿਹੜੀ ਇਹ ਗੱਲਾਂ ਕਹਿ ਰਹੇ ਹੋ, ਬ੍ਰਹਮ ਉਹ ਕਿਸੇ ਬ੍ਰਹਮ ਗਿਆਨੀ ਬਾਰੇ ਲਿਖੀ ਹੋਈਆਂ ਨੇ? ਬ੍ਰਹਮ ਗਿਆਨੀ ਦੀ ਤਾਂ ਫਿਰ ਨਿੰਦਿਆ ਵੀ ਲਿਖੀ ਹੋਈ ਹੈ। ਪਹਿਲੇ ਜਿਹੜਾ ਮੈਂ ਸਵਾਲ ਕਰਿਆ ਨਾ ਉਹ ਸਵਾਲ ਦਾ ਜਵਾਬ ਦੇਈਦਾ।
अच्छा जी, चलो वो तो थोड़ी गल है, मेरी जिस हिसाब नाल तुसी सवाल करदे ना ओदा लंबा चौड़ा गल है, क्योंकि इस गल नूं समझ के करन वाली गल है जी। हुण इस तरह मैं थोनू कोई गल होर कह दवां इहदा तां कोई तुक नहीं निकलनी जी। फिर इसी करके मैं कह रहा हूं, ब्रह्म ज्ञानी सगल सृष्टि का कर्ता, सृष्टि किने बनाई है भला? सृष्टि तो परमात्मा दी हुई है जी, फिर ब्रह्म ज्ञानी परमात्मा ने। परमात्मा होया कि कोई बंदा होया? परमात्मा हुण है तां जी, हुण मेरी इक बारी थोड़ी जी ठीक है जी, थोड़ी भी गल सही है, मेरी भी गल सुनियो। फिर उत्थे संत शब्द किनू कहा होया? संत शब्द सानू सारयां नू, भले लोकां नू, भले इंसान नू कहे, ना कि किसे लम्मे चौड़े वाले किसे साधु नू कहे। ਤੈਨੂੰ ਕਿਹਾ ਜੀ। ਚਲੋ ਜੀ ਹੁਣ ਮੈਂ ਤੈਨੂੰ ਇਹ ਥੋੜੀ ਜਿਹੀ ਮੇਰੀ ਗੱਲ ਸੁਣਿਓ, ਠੀਕ ਹੈ? ਕੁਐਸਚਨ ਮੇਰੀ ਇੱਕ ਥੋੜੀ ਜਿਹੀ ਗੱਲ ਸੁਣ ਲਿਓ, ਠੀਕ ਹੈ ਜੀ? ਤੇ ਜਿਹੜੇ ਜਿਨ੍ਹਾਂ ਦਾ ਮੈਂ ਸੇਵਕ ਹਾਂ ਜੀ, ਉਹਨਾਂ ਨੇ ਕੀ ਕਹਿੰਦੇ ਦਿਨ ਰਾਤ ਹਿਰਦੇ 8 ਪਹਿਰ ਸਿਮਰਨ ਕੀਤਾ, ਹਿਰਦੇ ਵਿੱਚ ਧਿਆਇਆ, ਠੀਕ ਹੈ ਜੀ? ਨਾ ਕੋਈ ਕੋਈ ਇਹੋ ਜਿਹਾ ਕੋਈ ਡੇਰਾ ਜਾਂ ਕੋਈ ਕੁਛ ਨਹੀਂ ਹੈ, ਘਰ ਦੇ ਵਿੱਚ ਰਹਿ ਕੇ ਬੰਦਗੀ ਕੀਤੀ ਹੈ। ਇੱਕ ਸ਼ਬਦ ਨੂੰ ਵਾਰ ਵਾਰ ਜਪਿਆ, ਉਹਦੇ ਨਾਲ ਪਰਮਾਤਮਾ ਦਾ ਪ੍ਰਕਾਸ਼ ਉਹਨਾਂ ਦੇ ਮਨ ਵਿੱਚ ਹੋਇਆ, ਉਹ ਪਰਮਾਤਮਾ ਦਾ, ਠੀਕ ਹੈ ਜੀ? ਤੇ ਉਹ ਅਸੀਂ ਅੱਜ ਕੀ ਕਹਿੰਦੇ ਨੇ, ਅੱਜ ਸਾਰੇ ਸੰਸਾਰ ਦੇ ਵਿੱਚ ਇਹ ਗੱਲ ਚੱਲਦੀ ਪਈ ਹੈ ਵੀ ਕੋਰੋਨਾ ਕਰਕੇ ਕੋਈ ਬਾਹਰ ਕਿਉਂ ਨਹੀਂ ਆ ਰਹੇ, ਕੋਰੋਨਾ ਇੰਨੀ ਹੋ ਰਹੀ ਹੈ, ਫੈਲ ਰਹੀ ਹੈ, ਵੀ ਕੋਈ ਬ੍ਰਹਮ ਗਿਆਨੀ ਕਿੱਥੇ ਗਏ ਇਹ ਸਾਰੇ ਜਾਣੇ? ਅਸੀਂ ਬਾਰ ਬਾਰ ਯੂਟਿਊਬ ਤੇ ਵੀਡੀਓਆਂ ਦੇਖ ਰਹੇ ਹਾਂ ਨਾ ਜੀ, ਅਸੀਂ ਕਹਿ ਰਹੇ ਹਾਂ ਕਿ ਸਾਡੇ ਕੋਲੇ ਲਿਆਓ ਕੋਰੋਨਾ ਵਾਇਰਸ ਵਾਲਾ ਬੰਦਾ, ਸਾਡੇ ਕੋਲੇ ਲਿਆਓ, ਤੇ ਕੀ ਕਹਿੰਦੇ ਨੇ ਉਸ ਨੂੰ ਸਾਡੇ ਕੋਲ ਭੇਜੋ, ਅਸੀਂ ਉਹਨੂੰ ਸਾਡੀ ਸ਼ਰਨ ਚ ਆਊਗਾ, ਅਸੀਂ ਉਹਨੂੰ ਮੁਕਤ ਕਰਾਂਗੇ। ਅੱਛਾ, ਹਾਂਜੀ ਨਹੀਂ ਦੁਨੀਆ 'ਚ ਤਾਂ ਲੱਖਾਂ ਲੋਕ ਕੋਰੋਨਾ ਦੇ ਮਰੀਜ਼ ਬਣ ਰਹੇ ਨੇ, ਤੁਸੀਂ ਕਹਿੰਦੇ ਸਾਡੇ ਕੋਲੇ ਲਿਆਓ, ਇਹ ਹਾਂਜੀ ਬਾਬੇ ਨੂੰ ਬਾਹਰ ਕੱਢੋ ਘਰ ਘਰ ਫਿਰੋ ਇਹਨੂੰ। ਹਾਂਜੀ ਅਸੀਂ ਤਾਂ ਕਹਿੰਦੇ ਹਾਂ ਜੀ ਸਾਡੇ ਕੋਲੇ ਆਓ, ਨਹੀਂ ਸਾਡੇ ਕੋਲ ਨਹੀਂ ਲਿਓ। ਹਾਂਜੀ ਤੁਸੀਂ ਪਰਉਪਕਾਰ ਦੀ ਭਾਵਨਾ ਨਾਲ ਕਾਰਜ ਬਿਠਾ ਕੇ ਬਾਬੇ ਨੂੰ ਲੈ ਕੇ ਜਾਓ, ਕਹਿੰਦੇ ਭਾਈ ਲਾ ਆ ਸਾਂਝੇ ਥਾਂ ਤੇ ਮੈਂ ਬੈਠਾ, ਇੱਥੇ ਆ ਜਾਓ, ਹਸਪਤਾਲਾਂ ਦੇ ਬਾਹਰ ਬੈਠ ਜਾਓ, ਜਾ ਕੇ ਹਸਪਤਾਲ 'ਚ ਕਮਰਾ ਲੈ ਲਓ, ਕੋਈ ਜਾ ਕੇ ਕਿਸੇ ਗੁਰਦੁਆਰੇ ਵੱਡੇ 'ਚ ਜਾ ਕੇ ਬੈਠ ਜਾਓ, ਲਓ ਭਾਈ ਇੱਥੇ ਬਾਬਾ ਬੈਠਾ, ਇੱਥੇ ਤੁਹਾਡਾ ਸਾਰੇ ਰੋਗ ਦੂਰ ਕਰ ਦੂਗਾ। ਜੀ ਬ੍ਰਹਮ ਗਿਆਨੀ ਕੋਲ ਤੇ ਸੰਤਾਂ ਕੋਲ ਤਾਂ ਬੰਦੇ ਆਪ ਚੱਲ ਕੇ ਆਉਂਦੇ ਹੁੰਦੇ, ਹੁਣ ਬ੍ਰਹਮ ਗੁਰੂ ਜਿਹੜੇ ਹੁੰਦੇ ਨੇ ਉਹ ਆਪ ਥੋੜੀ ਜਾਂਦੇ ਹੁੰਦੇ, ਉਦੋਂ ਤਾਂ ਅਸੀਂ ਉਹਨਾਂ ਦਾ ਪ੍ਰਚਾਰ ਕਰਨਾ ਵੀ ਉਹ ਦੁੱਖ ਰੋਗ ਨਾਲ। ਗੁਰੂ ਸਾਹਿਬ ਨਾ ਕਿਤੇ ਦਿੱਲੀ ਤੱਕ, ਕਿਤੇ ਪਟਨੇ ਤੱਕ, ਕਿਤੇ ਹਜੂਰ ਸਾਹਿਬ ਤੱਕ, ਤੇ ਕਿੰਨੀ ਕਿੰਨੀ ਦੂਰ ਤੱਕ ਪਰਉਪਕਾਰ ਦੀ ਭਾਵਨਾ ਨਾਲ ਫਿਰਦੇ ਰਹੇ ਨੇ, ਇਹ ਉਹਨਾਂ ਨਾਲੋਂ ਵੀ ਵੱਡਾ ਬ੍ਰਹਮ ਗਿਆਨੀ ਕੋਈ ਹੋ ਗਿਆ? ਬ੍ਰਹਮ ਗਿਆਨ ਦੇਖੋ ਜੀ, ਉਹਨਾਂ ਤੇ ਪਰਮਾਤਮਾ ਦੀ ਕਿਰਪਾ ਹੈ, ਤੁਸੀਂ ਐ ਨਾ ਜਾਣੋ ਉਹਨਾਂ ਨੂੰ, ਬਈ ਤੁਸੀਂ ਤੁਹਾਨੂੰ ਅਸੀਂ ਮੈਂ ਦੱਸ ਵੀ ਦਿੱਤਾ ਕਿ ਇੰਨੀ ਗੱਲ ਕੋਈ ਕਹਿ ਨਹੀਂ ਸਕਦਾ ਅੱਜ ਦੇ ਸਮੇਂ 'ਚ ਕਿ ਕੋਈ ਸਾਡੇ ਕੋਲ ਪਿਆਰੇ ਲੈ ਆਉ। ਜੀਓ, ਪਿਆਰੇ ਜੀਓ, ਇਹ ਦੱਸੋ ਡਾਕਟਰ ਤਾਂ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਇਲਾਜ ਕਰ ਰਹੇ ਨੇ, ਤੇ ਤੁਹਾਡੇ ਵਾਲਾ ਬ੍ਰਹਮ ਗਿਆਨੀ ਅੰਦਰ ਵੜਿਆ ਬੈਠਾ ਹੈ? ਹਾਂਜੀ, ਕਿਉਂਕਿ ਉਹਨਾਂ ਨੂੰ ਦੁੱਖ ਨਹੀਂ, ਕੋਈ ਦੁੱਖ ਨਹੀਂ, ਰੋਗ ਨਹੀਂ, ਇਦਾਂ ਦਾ ਛੂਹੇ ਕੋਲੇ ਨਹੀਂ ਆ ਸਕਦਾ, ਕਿਉਂਕਿ ਉਹਨਾਂ ਦੇ ਨਾਮ ਦੀ ਕਾਰ ਆ ਉਹਨਾਂ ਦੇ। ਨਹੀਂ, ਜਿਹੜੇ ਡਾਕਟਰ ਫਿਰਦੇ ਨੇ ਇਲਾਜ ਕਰਦੇ ਉਹ ਵਿਚਾਰੇ ਬਹੁਤ ਨਲਾਇਕ ਨੇ, ਤੇ ਸਾਧ ਬਾਬਾ ਬਹੁਤ ਚੰਗਾ ਜਿਹੜਾ ਅੰਦਰ ਵੜਿਆ ਬੈਠਾ ਹੈ। ਦੇਖੋ ਅਸੀਂ ਸਾਡਾ ਤੁਸੀਂ ਕੀ ਕਹਿੰਦੇ, ਭਾਵੇਂ ਮੇਰਾ ਆਹ ਨੰਬਰ ਹੈ ਜੀ 24 ਘੰਟੇ ਆਨ ਰਹਿੰਦਾ, ਸਾਨੂੰ ਮੈਂ ਇਹਦੇ ਭਾਵੇਂ ਚੋਂ ਕੀ ਲੈਣਾ, ਅੱਜ ਤੱਕ ਦਾ ਕੋਈ ਆਉਟਪੁੱਟ ਦਿਖਾ ਦਿਓ ਬਾਬੇ ਨੇ ਸਮਾਜ ਵਾਸਤੇ ਕੀ ਕੀਤਾ ਹੈ। ਆਊਟਪੁੱਟ ਤਾਂ ਸਾਡੀ ਖੁਦ ਹੀ ਹੋਈ ਹੈ, ਸਾਡੇ ਤੇ ਬਥੇਰੇ ਰੋਗ ਲਾਏ ਨੇ, ਮੇਰੇ ਰੋਗ ਬਹੁਤ ਲਾਏ ਨੇ ਜੀ ਉਹਨਾਂ ਨੇ, ਨਹੀਂ ਕੋਈ ਮੈਂ ਇਹ ਕਹਿ ਰਿਹਾ ਵੀ ਸਮਾਜ ਦਾ, ਸੰਸਾਰ ਦਾ ਕੋਈ ਭਲਾ ਕੀਤਾ ਹੋਵੇ ਇਸ ਬਾਬੇ ਨੇ, ਕੋਈ ਉਹ ਵੀ ਦੱਸ ਦਿਓ। ਦੇਖੋ ਜੀ ਅਸੀਂ ਹੁਣ ਕੀ ਕਹਿੰਦੇ ਨੇ ਸਮੇਂ ਦੇ ਦੌਰਾਨ ਜਦੋਂ ਸੰਕਟ ਪੈਂਦਾ ਹੈ ਸ੍ਰਿਸ਼ਟੀ ਤੇ, ਅਸੀਂ ਉਦੋਂ ਭਲਾ ਕਰਨ ਨੂੰ ਆਏ ਹਾਂ ਬਾਹਰ। ਸਿੱਖਾਂ ਤੇ ਕਿੰਨੇ ਜ਼ੁਲਮ ਹੋਏ ਨੇ, ਤੇ ਕਿਤੇ 84 'ਚ ਹੋ ਗਿਆ, ਕਿਤੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਤੇ ਉਦੋਂ ਬਾਬੇ ਕਿੱਥੇ ਗਏ ਹੋਏ ਸੀ? ਦੇਖੋ ਜੀ ਬਾਬੇ ਤਾਂ ਉੱਥੇ ਸੀ ਜਦੋਂ ਕੀ ਕਹਿੰਦੇ ਨੇ ਉਹਨਾਂ ਨੇ, ਦੇਖੋ ਤੁਸੀਂ ਇਸ ਗੱਲ ਨੂੰ ਸਮਝਦੇ ਨਹੀਂ ਪਏ ਹੈਗੇ, ਨਹੀਂ ਦੇਖੋ ਮੈਨੂੰ ਸਮਝਾ ਪਰਮਾਤਮਾ। ਦਿਓ ਨਾ, ਫਿਰ ਸਮਝਾ ਦਿਓ। ਹਾਂਜੀ, ਕਿਉਂਕਿ ਪਰਮਾਤਮਾ ਕਿਸੇ ਇੱਕ ਵਿਰਲੇ ਦੀ ਗੱਲ ਲਿਖੀ ਹੋਈ ਹੈ ਗੁਰਬਾਣੀ 'ਚ ਕਿ ਵਿਰਲੇ ਦੇ ਉੱਤੇ ਕਿਰਪਾ ਕਰਦਾ, ਉਹ ਕਿਉਂ ਵਿਰਲਾ ਇੰਨਾ? ਉਹਨੂੰ। ਨਹੀਂ, ਪਰਮਾਤਮਾ ਇੰਨੀ ਦਰਿਆਦ ਕਰਦਾ ਹੈ, ਏਡਾ ਵਿਖਤਰੇਬਾਜ਼ ਹੈ ਕਿ ਇੱਕ ਤੇ ਕਿਰਪਾ ਕਰਦਾ ਤੇ ਬਾਕੀਆਂ ਨੂੰ ਤੜਫਾਉਂਦਾ ਰਹਿੰਦਾ। ਦੇਖੋ ਜੀ ਉਹਦੀ ਹੁਣ ਲੀਲਾ, ਉਹਦੀ ਮੌਜ ਹੈ ਜੀ, ਹੁਣ ਇਹਦੇ ਵਿੱਚ ਤਾਂ ਇਹੋ ਜੀ ਗੰਦੀ ਲੀਲਾ ਨਹੀਂ ਰੱਬ ਕਰਦਾ ਹੁੰਦਾ, ਰੱਬ ਪਰਉਪਕਾਰੀ ਹੈ। ਦੇਖੋ ਜੀ ਸਾਡੇ ਕੋਲ ਤਾਂ ਹੁਣ ਮੈਂ ਤੁਹਾਨੂੰ ਗੱਲ ਦੱਸ ਦਿੰਦਾ, ਸਾਡੇ ਕੋਲ ਤਾਂ ਜਿਹੜੇ ਸ਼ਰਨ ਚ ਆਉਂਦੇ ਨੇ ਅਸੀਂ ਤਾਂ ਉਹਨਾਂ ਦੀ ਕਰਦੇ ਹਾਂ ਰੱਖਿਆ ਜੀ, ਜਿਵੇਂ ਹੁਣ ਐ ਜਿਹੜੇ ਚੈਲੰਜ ਕਰਦੇ ਆ ਰੱਬ ਨੂੰ, ਉਹਦੇ ਤੇ ਲਾਉਂਦੇ ਆ ਅਸੀਂ ਪਰਚਾ, ਕਿਹੜਾ ਦੇਖੋ ਪਰਚਾ? ਤਾਂ ਪਰਚਾ ਲਾਉਂਦੇ ਆ ਅਸੀਂ, 13 ਦਾ ਪਰਚਾ ਲਾਵਾਂਗੇ ਜੀ ਫਿਰ ਅਸੀਂ, ਉਹ ਕੀ ਹੁੰਦਾ ਹੈ? ਉਹ ਪਰਚਾ ਹੁੰਦਾ ਕਿਉਂਕਿ ਫਿਰ ਉਹ ਪਰਮਾਤਮਾ ਤੇ ਉਹ ਅਸੀਂ ਪਰਚਾ ਲਾਉਂਦੇ ਆ, ਪਰਚਾ ਲਾ ਕੇ ਫਿਰ ਬੰਦੇ ਨੂੰ ਉਹਦੀ ਸੰਸਾਰੀ ਤੋਂ ਕੀ ਕਹਿੰਦੇ ਨੇ ਉਹਨੂੰ, ਜਿਵੇਂ ਕਹਿ ਲਓ ਵੀ ਜੋ ਉਹਨਾਂ ਦੇ ਬਾਕੀ ਹੁਕਮ ਅਨੁਸਾਰ ਜੋ ਉਹਨਾਂ ਨੇ ਕਹਿਤਾ ਫਿਰ ਤੁਹਾਨੂੰ ਦੱਸ ਦਾਂਗੇ। ਨਾ ਆ ਜਿਹੜਾ ਕੋਰੋਨਾ ਫੈਲਿਆ ਹੋਇਆ, ਤੁਸੀਂ ਇਸੇ ਤੇ 13 ਨੰਬਰ ਪਰਚਾ ਲਾ ਦਿਓ, ਭਜਾ ਦਿਓ ਇਹਨੂੰ ਕਿਧਰੇ। ਸੱਚ ਤਾਂ ਕਹਿ ਹੀ ਰਹੇ ਆ ਸਾਡੇ ਕੋਲੇ ਆ ਜਾਓ, ਸਾਡਾ ਹੁਣ ਨਹੀਂ, ਕਰ ਤੁਹਾਡੇ ਦਿਓ। ਕੋਲੇ ਕਿਉਂ ਆ ਜੇ ਸਾਰੀ ਦੁਨੀਆ ਦੇ ਲੋਕ ਤੁਹਾਡੇ ਕੋਲੇ ਕਿਵੇਂ ਆ ਜਾਣਗੇ ਭਲਾ? ਜੀ ਤੁਸੀਂ ਸਾਡੀ ਵੀਡੀਓ ਇੱਥੋਂ ਰਿਲੀਜ਼ ਕਰ ਦਿਓ, ਇੱਥੇ ਉਹਨਾਂ ਨੂੰ ਦੱਸ ਦਿਓ ਵੀ ਆਹ ਫੋਨ ਨੰਬਰ ਹੈ, ਇਹ ਬੰਦੇ ਕਹਿ ਰਹੇ ਨੇ ਕਿ ਭਾਈ ਸਾਡੇ ਕੋਲੇ ਆਓ, ਉਹ ਅਸੀਂ ਪਿਆਰੇ ਕੋਰੋਨਾ ਜੀਓ, ਆਪਣਾ ਆਪਣਾ ਨਾ ਹਸਪਤਾਲ ਜਾ ਕੇ ਇਲਾਜ ਕਰਾਓ, ਨਿਕਲੋ ਇਸ ਜਿਹੜੇ ਗੁੰਝਲ ਚ ਫਸ ਗਏ ਹੋ ਤੁਸੀਂ, ਨਿਕਲੋ ਇਹਦੇ ਵਿੱਚੋਂ।
ਗੁੰਝਲ ਚ ਨਹੀਂ ਵਸੇ ਹੈਗੇ ਅਸੀਂ ਹੁਣ। ਨਹੀਂ ਚਲੋ ਠੀਕ ਚਲੋ ਹੈ, ਹੁਣ ਪਰਚੇ ਦਾ ਸਾਹਮਣਾ ਰੱਖਿਓ, ਤਿਆਰ ਹੁਣ ਤੁਸੀਂ, ਹੁਣ ਤੁਹਾਨੂੰ ਕੋਈ ਨਹੀਂ ਪਰਚੇ ਜੀ। ਲੱਗ ਗਏ, ਮੈਂ ਤਾਂ ਤਿਆਰ ਬਰ ਤਿਆਰ ਬੈਠਾ ਜੀ। ਤਿਆਰ ਬੈਠੇ ਹੋ, ਬਸ ਠੀਕ ਹੈ ਜੀ, ਚਲੋ ਕਰੋ ਨਾਮ ਸਿਮਰਨ ਕਰੋ ਜੀ, ਤੁਸੀਂ ਬੈਠ ਕੇ ਚੌਂਕੜਾ ਮਾਰੋ। ਚਲੋ ਠੀਕ ਹੈ ਜੀ, ਠੀਕ ਹੈ। ਓਕੇ ਹੁਣ ਜੀ। ਇਹਨੂੰ ਐਵੇਂ ਨਾ ਜਾਣਿਓ, ਮੈਂ ਤੁਹਾਨੂੰ ਦੱਸਦਾ ਉਹਨਾਂ ਨੇ 33 ਸਾਲ ਭਗਤੀ ਕੀਤੀ ਹੈ। ਮੈਂ ਭਗਤੀਆਂ ਵਾਲਿਆਂ ਨੂੰ ਨਾ, ਮੇਰੀ ਉਮਰ 75 ਸਾਲ ਹੈ, ਭਗਤੀ ਵਾਲਿਆਂ ਦਾ ਮੈਂ ਚੰਗੇ ਪੋਤਰੇ ਫਰੋਲੇ ਨੇ ਅੱਜ ਤੱਕ ਕਿਹੋ ਜਾਂਦੇ। ਚਲੋ ਫਿਰ ਤੁਹਾਨੂੰ ਤਾਂ ਤੁਹਾਡਾ ਫਿਰ ਪਹਿਲੀ ਵਾਰੀ ਸਾਡੇ ਨਾਲ ਮੁਲਾਕਾਤ ਹੋਈ ਹੈ ਕੋਈ ਗੱਲ ਹੁਣ। ਨਹੀਂ ਜੀ, ਕੋਈ ਮੇਰੀ ਤਾਂ ਬੜੇ ਸਾਧਾ ਨਾਲ ਮੁਲਾਕਾਤਾਂ ਹੋਈਆਂ ਨੇ, ਮੈਂ ਬੜੇ ਲੋਕਾਂ ਦੇ ਇਹਦੇ ਪਰਦੇ ਪਾੜੇ ਨੇ ਜਾ ਹਾਂਜੀ, ਜਾ। ਉਹਨਾਂ ਦੇ ਕੱਚਿਆਂ ਨਾਲ ਹੋਈ ਹੋਣੀ ਹੈ ਜੀ ਫਿਰ, ਕੋਈ ਗੱਲ ਨਹੀਂ, ਕੱਚਿਆਂ ਬਾਕੀ ਨਾਲ। ਸਾਰੇ ਕੱਚੇ ਨੇ, ਤੁਹਾਡੇ ਵਾਲਾ ਪੱਕਾ ਹੈ ਇਕੱਲਾ। ਹਾਂਜੀ ਹਾਂਜੀ, ਪੱਕੇ ਹੀ ਆ, ਹੁਣ ਅਸੀਂ ਤਾਂ ਪ੍ਰਗਟ ਕਰਨਾ ਹੀ ਆ ਜੀ, ਹੁਣ ਸਾਡੇ ਵਾਲਾ ਪੱਕਾ ਹੈਗਾ ਹੀ ਇਹ ਆ। ਲੁਕਿਆ ਕਿਉਂ ਬੈਠਾ, ਕਦੋਂ ਪ੍ਰਗਟ ਕਰਨਾ ਹੈ, ਲੁਕਿਆ ਕਿਉਂ ਬੈਠਾ ਇਹ? ਦੇਖੋ ਅਸੀਂ ਕੀ ਕਹਿੰਦੇ ਨੇ, ਹੁਣ ਪ੍ਰਗਟ ਹੀ ਤਾਂ ਕਰਦੇ ਹਾਂ, ਤਾਂ ਹੀ ਤੁਹਾਨੂੰ ਇੰਨਾ ਲਿਖਿਆ ਸੀ। ਆ ਹੁਣ ਇਹਦੇ 'ਚ ਤਾਂ ਪ੍ਰਗਟ ਵਾਲੀ ਗੱਲ ਹੀ ਕੋਈ ਨਹੀਂ, ਇਹ ਤਾਂ ਬਸ ਕਿਉਂ ਐਵੇਂ ਗਧੀ ਗੇੜ ਪਾਇਆ ਹੋਇਆ ਕੰਮ ਕਾ ਦਾ। ਕਾਹਨੂੰ ਗਧੀ ਗੇੜ ਪਾਇਆ, ਅਸੀਂ ਢੰਡਰੀ ਵਾਲਿਆਂ ਨਾਲ ਗੱਲ ਕੀਤੀ ਹੈ, ਨੇਕੀ ਨਾਲ ਗੱਲ ਕੀਤੀ ਹੈ, ਆਪਣੇ ਤਤ ਗੁਰਮਤ ਗਿਆਨ ਵਾਲੇ ਤੁਹਾਡੇ ਉਹਨਾਂ ਨਾਲ ਗੱਲ ਕੀਤੀ ਹੈ, ਤੇ ਆਪਣੇ ਸਿਮਰਜੀਤ ਸਿੰਘ ਤੋਹਾਨ ਵਾਲਿਆਂ ਨਾਲ ਗੱਲ ਕੀਤੀ ਹੈ, ਜਿੰਨੇ ਪ੍ਰਚਾਰਕ ਨੇ ਸਾਰਿਆਂ ਨਾਲ ਅਸੀਂ ਗੱਲ ਕੀਤੀ ਹੈ, ਵੀ ਕੋਈ ਉੱਠ ਕੇ ਬੋਲਿਆ ਨਹੀਂ ਹੈਗਾ, ਕੋਈ ਇਹ ਨਹੀਂ ਕਹਿ ਰਿਹਾ, ਸਭ ਆਪਣੇ ਆਪਣਾ ਚੁੱਪ ਕਰਕੇ ਬੈਠ ਗਏ ਕਾਦੇ ਬਾਰੇ? ਕਿ ਇਸ ਬਾਰੇ, ਇਸ ਗੱਲ ਬਾਰੇ ਵੀ ਕੀ ਕਹਿੰਦੇ ਨੇ ਉਹ, ਬਸ ਕੋਈ ਬੈਕ ਕਾਲ ਨਹੀਂ ਜਾਂ ਤੁਹਾਡੀ ਬੈਕ ਕਾਲ ਆਈ ਹੈ ਹੁਣ ਨਹੀਂ, ਇਹ ਕੀ? ਸਾਰਿਆਂ ਨੂੰ ਪਤਾ ਵੀ ਕਮਲ ਕੁੱਟਿਆ ਹੋਇਆ, ਹੋਰ ਤਾਂ ਹੈ ਹੀ ਨਹੀਂ ਕੁਛ ਵੀ, ਇਹਦੇ 'ਚ ਕਮਲ ਕੁੱਟਿਆ ਹੋਇਆ ਹੀ। ਕਮਲ ਕਾਹਨੂੰ ਗੁੱਟਿਆ ਹੋਇਆ ਜੀ, ਤੁਸੀਂ ਹੁਣ ਤੁਹਾਨੂੰ ਕਿਵੇਂ ਦਿਖਾਈਏ, ਵੀ ਤੁਸੀਂ ਜਾਂ ਤਾਂ ਆਪਣਾ ਕੋਈ ਕਰੋਨਾ ਵਾਲਾ ਰੋਗੀ ਲਿਆਓ ਸਾਡੇ ਕੋਲ, ਅਸੀਂ ਤੁਹਾਨੂੰ ਛੁਡਾ ਕੇ ਦਿਖਾ ਦਿੰਦੇ। ਨਹੀਂ ਤੁਹਾਨੂੰ ਇਹ ਸਾਰਾ ਹਿੰਦੁਸਤਾਨ ਜਾਂ ਸਾਰੀ ਦੁਨੀਆ ਰੋਗੀ ਹੋਈ ਦਿਸਦੀ ਨਹੀਂ ਹੈ? ਦਿਸਦੀ ਹੈ ਜੀ, ਸਾਨੂੰ ਵੀ ਦਿਸਦੀ ਹੈ, ਫਿਰ ਪਰ ਜੋ ਕਿਉਂ ਨਹੀਂ, ਫਿਰ ਕਿਉਂ ਫੇਰ ਨਹੀਂ ਪਰਉਪਕਾਰ, ਫਿਰ ਕਿਉਂ ਨਹੀਂ ਪਰਉਪਕਾਰ ਕਰਦੇ ਤੁਸੀਂ? ਪਰਉਪਕਾਰ ਕਰਨਗੇ ਤਾਂ, ਕਿਉਂਕਿ ਪ੍ਰਮਾਤਮਾ ਇਹਨਾਂ ਦੇ ਵੀ ਅਸੂਲ ਨੇ, ਉਹਨਾਂ ਸ਼ਰਨ ਚ ਆਓਗੇ ਤਾਂ ਹੀ ਪਰਉਪਕਾਰ ਯਾਨੀ ਕਰਨਗੇ। ਕਿ ਪਰਮਾਤਮਾ ਨੇ ਰੱਬ ਦਾ ਏਜੰਟ ਸਾਧ ਨੂੰ ਬਣਾਇਆ ਹੋਇਆ। ਹਾਂਜੀ, ਉਹਨੂੰ ਪ੍ਰਮਾਤਮਾ ਉਹਦੇ ਤੇ ਕਿਰਪਾ ਕਰਦਾ, ਉਹੀ ਦੇਹ ਦੇ ਰਾਹੀਂ ਬੋਲਦਾ ਪ੍ਰਮਾਤਮਾ, ਹੋਰ ਨਹੀਂ, ਕਿੱਦਾਂ ਕਿ ਬਾਕੀਆਂ ਤੇ ਸਾਰਿਆਂ ਤੇ ਰੱਬ ਬਹੁਤ ਨਾਰਾਜ਼ ਆ, ਗੁੱਸੇ ਹੋਇਆ ਹੋਇਆ। ਨਹੀਂ ਵੱਸਦਾ ਤਾਂ ਉਹਨਾਂ ਦੇ ਅੰਦਰ ਵੀ ਹੈ ਜੀ, ਉਹਨਾਂ ਨੂੰ ਪ੍ਰਗਟ ਨਹੀਂ ਹੈਗਾ, ਇਹਨਾਂ ਨੂੰ ਪ੍ਰਗਟ ਆ। ਹਾਂ, ਇਹ ਮੰਤਰ ਜਪ ਕੇ ਪੜ੍ਹਨਾ ਆ ਗਿਆ, ਜਿਹੜੇ ਦਵਾਈਆਂ ਬਣਾਉਂਦੇ ਨੇ, ਕਾਢਾਂ ਕੱਢਦੇ ਨੇ, ਉਹ ਮੂਰਖ ਨੇ। ਦੇਖੋ ਉਹ ਸਾਇੰਸ ਹੈ ਜੀ, ਉਹ ਸਾਇੰਸ ਹੈ, ਉਹ ਸਾਇੰਸ ਵਾਲੇ ਅੱਗੇ ਨੇ, ਜਿਹੜੇ ਮੈਂ ਬੜੇ ਬੜੇ ਸਾਧ ਸੰਤ ਨਾ ਹਸਪਤਾਲਾਂ 'ਚ ਮੈਂ ਡਾਕਟਰਾਂ ਅੱਗੇ ਅੱਡੀਆਂ ਰਗੜਦੇ ਦੇਖੇ ਨੇ, ਲਿਲਕੜੀਆਂ ਕੱਢਦੇ ਦੇਖੇ ਨੇ, ਵੀ ਡਾਕਟਰ ਸਾਹਿਬ ਬਚਾ ਲਓ ਮੈਨੂੰ, ਡਾਕਟਰ ਸਾਹਿਬ ਬਚਾ ਲਓ ਮੈਨੂੰ। ਭਾਈ ਸਾਹਿਬ, ਤੁਸੀਂ ਤਾਂ ਕਾਫੀ ਯਾਨੀ ਦੂਰ ਚਲੇ ਗਏ ਹੋ ਗੁਰਬਾਣੀ ਤੋਂ, ਤੁਸੀਂ ਇਹਨੂੰ ਮੈਂ ਗੁਰਬਾਣੀ ਤੋਂ ਦੂਰ ਨਹੀਂ ਜੀ, ਗੁਰਬਾਣੀ ਮੇਰੇ ਗੁਰੂ ਗ੍ਰੰਥ ਸਾਹਿਬ ਅੱਧਾ ਯਾਦ ਹੈ, ਤੁਹਾਡੇ ਨਾਲੋਂ ਵੱਧ ਯਾਦ ਹੋਣੀ ਹੈ, ਘੱਟ ਨਹੀਂ ਹੋਣੀ ਹੈ। ਹਾਂਜੀ ਬਿਲਕੁਲ ਬਿਲਕੁਲ, ਯਾਦ ਹੋਊਗੀ ਤੁਹਾਨੂੰ, ਤੁਸੀਂ ਬੇਸ਼ੱਕ, ਤੁਹਾਨੂੰ ਤੁਸੀਂ ਪ੍ਰੋਫੈਸਰ ਹੋ, ਅਸੀਂ ਉਹ ਗੱਲ ਨਹੀਂ ਕਰਦੇ, ਠੀਕ ਹੈ ਜੀ, ਤੁਹਾਡੀ ਗੱਲ ਠੀਕ ਹੈ, ਪਰ ਤੁਸੀਂ ਇਸ ਗੱਲ ਨੂੰ ਅਣਗਹਿਲੀ ਦੇ ਵਿੱਚ ਨਾ ਲਿਓ, ਮੈਂ ਤੁਹਾਨੂੰ ਵਾਰ ਵਾਰ ਇਹ ਗੱਲ ਮੈਂ ਤਾਂ ਕਹਿੰਦਾ। ਜ਼ਿੰਦਗੀ ਦਾ ਤਜਰਬਾ ਕੀਤਾ ਹੋਇਆ ਜੀ, ਵੱਡੇ ਵੱਡੇ ਜੰਗ ਯੁੱਧ ਲੱਗੇ ਨੇ, ਦੁਨੀਆ 'ਚ ਤਬਾਹੀ ਹੋਈ ਹੈ, ਐਟਮ ਬੰਬ ਡਿੱਗੇ ਨੇ, ਤੇ ਰੱਬ ਨੇ ਉਹਨਾਂ ਤੇ ਵੀ ਨਹੀਂ ਰੋਕੇ ਬੰਬ ਉਹ। ਉਹ ਤਾਂ ਹੁਣ ਤੁਸੀਂ ਗੱਲਾਂ ਹੋਰ ਪਾਸੇ ਲੈ ਗਏ ਜੀ, ਮੈਂ ਤਾਂ ਕਹਿਣਾ ਤਾਂ ਵੀ ਇਹ ਰੱਬ ਦੇ ਵਸ 'ਚ ਇਹੋ ਜਿਹਾ ਕੁਛ ਨਹੀਂ ਹੈ, ਬੰਦੇ ਨੇ ਕਰਨਾ, ਧਰਤੀ ਦੇ ਉੱਤੇ ਜਿਹੜਾ ਕੋ ਕਰਨਾ, ਚੰਗਾ ਜਾਂ ਮਾੜਾ ਜੋ ਕੋ ਹੈ, ਜ਼ਿੰਮੇਵਾਰ ਬੰਦਾ ਹੈ। ਹਾਂਜੀ, ਉਹ ਫਿਰ ਉਹਨਾਂ, ਉਹ ਤਾਂ ਫਿਰ ਜਿਵੇਂ ਕਰਮ ਉਹਨਾਂ ਦੇ ਧਰਮ ਹੈਗੇ ਨੇ, ਉਹੋ ਜਿਹਾ ਕਰਮ ਕਰਦੇ ਨੇ, ਉਹੋ ਜਿਹਾ ਪਾਉਂਦੇ ਨੇ, ਠੀਕ ਹੈ ਚਲੋ ਜੀ। ਕਰੋ ਜੀ, ਤੁਸੀਂ ਚੌਂਕੜਾ ਮਾਰੋ, ਸਿਮਰਨ ਕਰੋ ਬੈਠ ਕੇ।